ਮਲੇਰਕੋਟਲਾ ਦੀਆਂ ਤੰਗ ਗਲੀਆਂ ਦੇ ਵਿੱਚ ਇੱਕ ਮੁਸਲਿਮ ਮਹੱਲਾ ਖੋਜਗਾਂ ਅਤੇ ਉਸ ਵੱਡੇ ਮਹੱਲੇ ਦੇ ਵਿੱਚ ਇੱਕ ਪਰਿਵਾਰ ਹਿੰਦੂ ਭਾਈਚਾਰੇ ਦਾ ਜੋ ਕਿ ਮੂਰਤੀਆਂ ਬਣਾਉਣ ਦਾ ਜੱਦੀ ਪੁਸ਼ਤੀ ਕੰਮ ਕਰਦਾ ਹੈ। ਸਵਾਗਤ ਹੈ ਤੁਹਾਡਾ ਅਤੇ ਮੈਂ ਸੁੱਖਾ ਖੇੜੀਵਾਲਾ ਅੱਜ ਤੁਹਾਨੂੰ ਇੱਕ ਅਜਿਹੇ ਘਰ ਦਿਖਾਵਾਂਗੇ ਜੋ ਇਕੱਲਾ ਇਸ ਮੁਸਲਿਮ ਮਹੱਲੇ ਦੇ ਵਿੱਚ ਇਕਲੌਤਾ ਘਰ ਆ ਹਿੰਦੂ ਭਾਈਚਾਰੇ ਦਾ ਅਤੇ ਜੋ ਕੰਮ ਜੱਦੀ ਪੁਸ਼ਤੀ ਕਰਦਾ ਆ ਉਹ ਹੈ ਮੂਰਤੀਆਂ ਬਣਾਉਣ ਦਾ। ਤਸਵੀਰਾਂ 'ਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਆਪਣੇ ਹੱਥ ਦੇ ਨਾਲ ਜਿਹੜਾ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਜੋ ਅਲੱਗ ਅਲੱਗ ਲੋਕਾਂ ਦੇ ਘਰਾਂ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ, ਕਿਉਂਕਿ ਹੁਣ ਗਣੇਸ਼ ਮਹਾਂ ਉਤਸਵ ਦਾ ਤਿਉਹਾਰ ਆ ਜਿਸ ਨੂੰ ਲੈ ਕੇ ਲੋਕ ਜਿਹੜੇ ਹੈਗੇ ਆ ਇਹ ਤਿਉਹਾਰ ਮਨਾਉਣ ਦੇ ਲਈ ਮੂਰਤੀਆਂ ਦੀ ਖਰੀਦਦਾਰੀ ਕਰ ਰਹੇ ਨੇ। ਆਪਸੀ ਭਾਈਚਾਰਕ ਸਾਂਝ ਜ਼ਰੂਰ ਵੇਖਣ ਨੂੰ ਮਿਲਦੀ ਆ, ਕਿਉਂਕਿ ਇੱਕ ਮੁਸਲਿਮ ਸ਼ਹਿਰ ਅਤੇ ਇੱਕ ਮੁਸਲਿਮ ਮਹੱਲੇ ਦੇ ਵਿੱਚ ਕਿਤੇ ਨਾ ਕਿਤੇ ਹਿੰਦੂ ਭਾਈਚਾਰੇ ਦੇ ਲੋਕ ਆਪਣੀਆਂ ਧਰਮ ਦੀਆਂ ਮੂਰਤੀਆਂ ਬਣਾਉਂਦੇ ਨੇ ਅਤੇ ਸਾਡੇ ਨਾਲ ਮੌਜੂਦ ਆ ਜੋ ਕਲਾਕਾਰ ਆ ਇਸ ਚੀਜ਼ ਨੂੰ ਬਣਾਉਂਦਾ ਆ ਉਹਨਾਂ ਗੱਲਬਾਤ ਕਰ ਲੈਂਦੇ ਆ। ਜੀ ਕੀ ਨਾਂ ਤੁਹਾਡਾ ਜੀ? ਯਸ਼ਪਾਲ ਜੀ। ਇਸ ਪਰ ਕਦੋਂ ਦੇ ਕੰਮ ਕਰਦੇ? ਮੈਂ ਤਾਂ ਜੱਦੀ ਪੁਸ਼ਤੀ ਕੰਮ ਸਾਡੇ ਦਾਦੇ ਪੜਦਾਦੇ ਇਹੀ ਕੰਮ ਕਰਦੇ ਆਏ ਨੇ, ਪਿਤਾ ਜੀ ਸਾਡੇ ਇਹੀ ਕੰਮ ਕਰਦੇ ਸੀ, ਹੁਣ ਉਹਨਾਂ ਤੋਂ ਬਾਅਦ ਇਹੀ ਪਰੰਪਰਾ ਨੂੰ ਚਾਲੂ ਰੱਖਦੇ, ਮੈਂ ਵੀ ਇਹੀ ਕੰਮ ਕਰਦਾ ਹਾਂ। ਅਤੇ ਜੇਕਰ ਗੱਲ ਕਰੀਏ ਕਿਸ ਮੁਹੱਲੇ 'ਚ ਰਹਿੰਦੇ ਹੋ? ਅਸੀਂ ਖੋਜਾਂ ਵਾਲੇ ਮੁਹੱਲੇ 'ਚ ਰਹਿੰਦੇ ਹਾਂ, ਜੱਦੀ ਪੁਸ਼ਤੀ ਰਹਿੰਦੇ ਉਰੇ। ਮੁਸਲਿਮ ਮੁਹੱਲਾ? ਹਾਂ ਮੁਸਲਿਮ ਮੁਹੱਲਾ ਸਾਰਾ ਇਹ, ਅਤੇ ਇੱਕ ਸਾਈਡ ਤੁਹਾਡੇ ਹੀ ਘਰ? ਹਾਂ ਹਾਂ, ਇੱਧਰ ਅੰਦਰ ਸਾਡੇ ਘਰ ਸਾਰਾ। ਅਤੇ ਕੀ ਕਹਾਂ, ਕਿਹੋ ਜਿਹਾ ਪਿਆਰ ਮਿਲਦਾ? ਵਧੀਆ ਪਿਆਰ, ਵਧੀਆ। ਸਾਨੂੰ ਕੋਈ ਐਸੀ ਕੋਈ ਗੱਲ ਨਹੀਂ ਹੈ, ਕੋਈ ਹਿੰਦੂ ਮੁਸਲਮਾਨ ਐਸੀ ਕੋਈ ਗੱਲ ਨਹੀਂ ਹੈ ਸਾਡੇ ਨਾਲ, ਮਤਲਬ ਕਿ ਸਾਡਾ ਵਧੀਆ ਯਾਨੀ ਕਿ ਸਾਡਾ ਆਪਸੀ ਭਾਈਚਾਰਾ ਹੈ ਉਰੇ। ਅਤੇ ਮੂਰਤੀਆਂ ਜੇਕਰ ਗੱਲ ਕਰੀਏ, ਕਿਹੜੀ ਕਿਹੜੀਆਂ ਮੂਰਤੀਆਂ ਬਣਾਉਣੇ, ਕਦੋਂ ਕਦੋਂ? ਮੂਰਤੀਆਂ ਅਸੀਂ ਹੁਣ ਤਕਰੀਬਨ ਇੱਕ ਤਾਂ ਦੀਵਾਲੀ ਵਗੈਰਾ ਦਾ ਚੱਲ ਜਾਂਦਾ, ਦੀਵਾ ਵਗੈਰਾ ਇਹ ਚੀਜ਼ਾਂ ਵਗੈਰਾ ਚੱਲਦੀਆਂ ਨੇ, ਮਤਲਬ ਹੁਣ ਜਿਹੜਾ ਚੱਲ ਰਿਹਾ ਇਸ ਟਾਈਮ ਚੱਲ ਰਿਹਾ ਆਪਣਾ ਗਣਪਤੀ ਜੀ ਦਾ, ਪਰ ਗੱਲ ਹੁਣ ਅਸੀਂ ਇਸ ਵਾਰੀ ਕੱਚੀ ਮਿੱਟੀ ਦੀ ਮੂਰਤੀਆਂ ਬਣਾ ਰਹੇ ਹਾਂ, ਜਿਹੜਾ ਕਿ ਪਾਣੀ 'ਚ ਵਿਸਰਜਨ ਕਰਦੇ ਹਾਂ ਅਸੀਂ ਉਹਨਾਂ ਨੂੰ, ਕੱਚੀ ਹਾਂ, ਨੁਕਸਾਨ ਨਹੀਂ ਹੈ, ਪੋਲਿਊਸ਼ਨ ਫ੍ਰੀ ਹੈ, ਪਾਣੀ ਦੇ ਵਿੱਚ ਅਸੀਂ ਉਹਨੂੰ ਵਿਸਰਜਨ ਕਰ, ਲੋਕ ਆਪਣੇ ਘਰਾਂ ਦੇ ਵਿੱਚ ਵੀ ਇਹ ਚੀਜ਼ ਕਰ ਸਕਦੇ ਨੇ। ਲੋਕਡਾਊਨ ਲੱਗਿਆ ਹੋਇਆ ਅਤੇ ਲੋਕਡਾਊਨ ਦੇ ਵਿੱਚ ਕਿਸ ਤਰ੍ਹਾਂ ਫਿਰ ਆਰਡਰ ਮਿਲ ਰਹੇ ਨੇ ਇਸ ਵਾਰ ਲੋਕਾਂ? ਆਰਡਰ ਘੱਟ ਹੈ, ਫਰਕ ਹੈ ਲੋਕਾਂ ਦੇ ਵਿੱਚ, ਥੋੜ੍ਹੀ ਜਿਹੀ ਉਹ ਹੈ ਵੀ ਠੀਕ ਹੈ ਵੀ ਬਸ ਇੱਕ ਮਨ ਆਉਣਾ ਜ਼ਰੂਰ ਹੈ ਵੀ ਰੱਖਿਆ ਹੋਇਆ ਜ਼ਰੂਰ ਹੈ ਸਭ ਨੇ, ਮਤਲਬ ਇਹ ਨਹੀਂ ਹੈ, ਮਤਲਬ ਕਿ ਜਿੰਨਾ ਅੱਗੇ ਹੁੰਮ ਹੁਮਾ ਕੇ ਲੋਕ ਆਉਂਦੇ ਤੇ ਉਹਨਾਂ ਨੂੰ ਘੱਟ ਹੈ, ਅੱਗੇ ਨਾਲੋਂ ਫਰਕ ਹੈ ਥੋੜ੍ਹਾ ਜਿਹਾ। ਛੋਟੇ ਮੂਰਤੀ ਜ਼ਿਆਦਾ ਵਿਕ? ਛੋਟਾ ਸਰੂਪ ਜ਼ਿਆਦਾ ਵਿਕ ਰਿਹਾ, ਬੜਾ ਸਰੂਪ ਬਿਲਕੁਲ ਹੀ ਬੰਦ ਹੈ। ਬਿਲਕੁਲ, ਜੇਕਰ ਤੁਸੀਂ ਗੱਲ ਕਹੀ ਹੈ ਕਿ ਸਾਡੇ ਕੱਚੀ ਮਿੱਟੀ ਨਾਲ ਬਣਿਆ ਜਾਂਦਾ ਤਾਂ ਕੀ ਫਾਇਦਾ ਹੈ ਇਸਦਾ? ਇਸਦਾ ਇਹ ਫਾਇਦਾ ਜੀ, ਇੱਕ ਤਾਂ ਪੋਲਿਊਸ਼ਨ ਫ੍ਰੀ ਹੈ ਇਹ ਬਿਲਕੁਲ ਹੀ, ਕੋਈ ਨਹਿਰ ਦੇ ਵਿੱਚ ਅਗਰ ਤਾਰ ਰਿਹਾ ਤਾਂ ਇਹਨਾਂ ਨੇ ਮਿੱਟੀ ਦੇ ਵਿੱਚ ਮਤਲਬ ਵਿਸਰਜਨ ਹੋ ਜਾਣਾ ਬਿਲਕੁਲ ਹੀ। ਪੀ ਓ ਪੀ ਵਾਲਾ ਦਿੱਕਤ ਹੁੰਦੀ ਹੈ ਵੀ ਪੀ ਓ ਪੀ ਦੇ ਵਿੱਚ ਇਹ ਹੁੰਦਾ ਵੀ ਉਹ ਗਲਤੀ ਨਹੀਂ ਹੈ, ਫਿਰ ਨਹਿਰ ਚੋਂ ਕੱਢ ਕੇ ਰੱਖਦੇ ਇਹ 'ਚ ਬੇਅਦਬੀ ਹੁੰਦੀ ਹੈ, ਮਤਲਬ ਘਰ ਦੇ ਵਿੱਚ ਵੀ, ਹਾਂ ਇਹ ਘਰ ਦੇ ਵਿੱਚ ਵੀ ਆਪਾਂ ਵਿਸਰਜਨ ਕਰ ਸਕਦੇ ਹਾਂ, ਇੱਕ ਸਾਫ਼ ਸੁਥਰੇ ਉਹ 'ਚ ਪਾਤਰ ਦੇ ਵਿੱਚ ਰੱਖ ਕੇ ਆਪਾਂ ਇਹਨੂੰ ਵਿਸਰਜਨ ਕਰ ਸਕਦੇ ਹਾਂ ਬੜੇ ਆਰਾਮ। ਬਿਲਕੁਲ ਜੀ ਬਿਲਕੁਲ, ਕੁਛ ਖਰੀਦਦਾਰ ਕੁਛ ਲੋਕ ਵੀ ਆਏ ਨੇ ਜੋ ਇਹਨਾਂ ਸਰੂਪਾਂ ਨੂੰ ਖਰੀਦਣ ਦੇ ਲਈ ਆਏ ਨੇ, ਗੱਲਬਾਤ ਕਰ ਲੈਂਦੇ ਹਾਂ ਕਿ ਆਖਿਰਕਾਰ ਕਿੱਥੋਂ ਆਏ। ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਵਿੱਕੀ ਜੀ। ਵਿੱਕੀ ਜੀ ਕਿੱਥੋਂ ਆਏ? ਧੂਰੀ ਤੋਂ ਜੀ। ਹਾਂਜੀ, ਕੀ ਸੁਣਿਆ ਕੀ ਵੇਖਿਆ? ਅਸੀਂ ਹਰ ਸਾਲ ਆਉਂਦੇ ਹਾਂ ਜੀ ਉਰੇ ਗਣੇਸ਼ ਜੀ ਲੈਣ, ਗਣੇਸ਼ ਜੀ ਦੇ ਅਸੀਂ ਯਾਨੀ ਕਿ ਹਰ ਸਾਲ ਲੈ ਕੇ ਜਾਂਦੇ ਇਹਨਾਂ ਤੋਂ ਮੂਰਤੀਆਂ, ਉੱਥੇ ਗਣੇਸ਼ ਉਸਤਮ ਨੇ ਘਰੇ ਰੱਖ ਅਸੀਂ ਆਪਣੇ, ਕਹਿੰਦੇ ਕਿ ਕਰੋਨਾ ਕਰਕੇ ਅੱਗੇ ਵੱਡੀ ਮੂਰਤੀ ਲੈ ਕੇ ਜਾਂਦੇ, ਅੱਗੇ ਛੋਟੀ ਮੂਰਤੀ ਲੈ ਕੇ ਜਾਂਦੇ ਹਾਂ ਜੀ, ਹਾਂ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ ਜੀ। ਅਤੇ ਇਸ ਵਾਰ ਛੋਟੀ ਕੱਚੇ ਮਿੱਟੀ ਦੀ ਮੂਰਤੀ ਕਾਫੀ ਆ, ਕਹਿੰਦੇ ਘਰੇ ਵੀ ਵਿਸਰਜਨ? ਹਾਂਜੀ ਹਾਂਜੀ ਹਾਂਜੀ, ਉਹ ਯਾਨੀ ਘਰੇ ਵਿਸਰਜਨ ਜਿਵੇਂ ਕੋਈ ਟੱਬ ਲੈ ਲਓ ਵੱਡਾ, ਉਹ 'ਚ ਵਿਸਰਜਨ ਹੋ ਜੂਗੀ, ਉਦੋਂ ਬਾਅਦ ਜਿਹੜਾ ਵਿਸਰਜਨ ਵਾਲਾ ਯਾਨੀ ਕਿ ਉਹ ਆਪਣੇ ਐਸਾ ਵਾਲੇ ਬੂਟਿਆਂ 'ਚ ਪੈ ਜੂਗਾ, ਬੂਟੇ ਲਾਏ ਹੋਏ ਘਰੇ ਮੂਰਤੀ ਦੇ। ਹਾਂਜੀ, ਕੀ ਕਹਿੰਦਾ? ਵੱਡੀ ਮੂਰਤੀ ਦੇ ਵਿਸਰਜਨ ਕਰਨ ਦੀ ਪਾਬੰਦੀ ਲੱਗੀ ਹੋਈ ਹੈ ਜੀ, ਛੋਟੀ ਮੂਰਤੀ ਇਸ ਟਾਈਮ ਵਿਸਰਜਨ ਹੋ ਜਾਂਦੀ ਹੈ, ਉਸ ਕਰਕੇ ਅਸੀਂ ਛੋਟੀ ਮੂਰਤੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤਾ ਹੈਗਾ ਵੀ ਚਲੋ ਉਸ ਲੈਣ ਨਾਲ ਬਹੁਤ ਵਧੀਆ ਰਹੇ। ਕੀ ਲੱਗਦਾ ਕਿ ਕੱਚੀ ਮਿੱਟੀ ਘਰੇ ਵੀ ਵਿਸਰਜਨ ਜਿਹੜੇ ਉਹ ਕਰ ਸਕਦੇ ਆ? ਨਹੀਂ ਘਰੇ ਨਹੀਂ ਬਣਾ ਸਕਦੇ ਜੀ, ਵਿਸਰਜਨ ਕਰ ਸਕਦੇ ਹਾਂ, ਹੋ ਸਕਦੇ ਜੀ ਵਿਸਰਜਨ ਕਰਕੇ ਜੀ, ਜਿਹੜਾ ਉਹਨਾਂ ਦਾ ਪਾਣੀ ਹੈ ਜੀ ਆਪਾਂ ਬੂਟਿਆਂ 'ਚ ਪਾ ਸਕਦੇ ਹਾਂ, ਘਰ ਦੇ ਵਿੱਚ ਘਰ ਦੇ ਵਿੱਚ ਬੂਟੇ ਲੱਗੇ ਨੇ ਜਿਵੇਂ ਤੁਲਸਾ ਨੂੰ ਪਾ ਦਿਓ, ਕਸਰ ਬੂਟਿਆਂ ਨੂੰ ਪਾਣੀ ਪਾ ਦਿਓ, ਮਤਲਬ ਕਿ ਵੱਡੀ ਮੂਰਤੀ ਬਣਾਈ ਹੈ। ਕਿੱਥੋਂ ਆਏ ਹੋ ਤੁਸੀਂ? ਧੂਰੀ ਤੋਂ ਜੀ। ਧੂਰੀ ਤੋਂ ਆਏ ਜੀ? ਧੂਰੀ ਤੋਂ ਜੀ। ਆਏ ਸਾਲ ਗਣੇਸ਼ ਉਤਸਵ ਬਹੁਤ ਸ਼ਰਧਾ ਨਾਲ ਮਨਾਉਂਦੇ ਹਾਂ। ਅੱਛਾ, ਸਾਡੇ ਉੱਥੇ ਵੀ ਬਹੁਤ ਵੱਡੀ ਮੂਰਤੀਆਂ ਬਣਾਇਆ ਜਾਂਦਾ ਜੀ, ਅਸੀਂ ਆਪਣੇ ਘਰਾਂ ਵਾਸਤੇ ਲੈ ਕੇ ਜਾਂਦੇ ਹਾਂ। ਬਿਲਕੁਲ, ਇੱਥੇ ਮਲੇਰਕੋਟ ਲਈ ਹੀ ਕਿਉਂ? ਇੱਥੇ ਸਾਨੂੰ ਜੀ ਅੱਜ ਸਾਲ ਜੀ ਬਹੁਤ ਵਧੀਆ ਮੂਰਤੀਆਂ ਮਿਲਦੀਆਂ ਨੇ ਜੀ, ਆਪਣੇ ਲਵੇ ਲਾਉਣੇ ਕਿਤੇ ਬਹੁਤ ਅੱਛੀ ਮੂਰਤੀ ਮਿਲਦੀ ਨੇ ਜੀ, ਇਹ ਆਪਣੇ ਆਪ ਘਰੇ ਬਣਾਉਂਦੇ ਨੇ ਜੀ, ਤਾਂ ਹੀ ਅਸੀਂ ਇਹਨਾਂ ਤੋਂ ਮੂਰਤੀ ਲੈ ਕੇ ਜਾਂਦੇ ਕੱਚੀ ਮਿੱਟੀ। ਠੀਕ ਹੈ, ਧੰਨਵਾਦ ਜੀ। ਇੱਥੇ ਮਾਤਾ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਸ਼ੁਰੂ ਤੋਂ ਹੀ ਇਹ ਸਭ ਕੁਝ ਬਣਾਉਂਦੇ ਨੇ। ਕੀ ਕਹੋਗੇ ਜੀ, ਕਦੋਂ ਇੱਕ ਚਲਾ ਰਹੇ? ਖਾਸੀ ਦੇਰ ਹੋ ਗਈ, ਬਹੁਤ ਦੇਰ ਹੋ ਗਈ, ਮਤਲਬ ਗਣਪਤੀ ਨੂੰ ਤਾਂ ਸਮਝੋ 10 ਸਾਲ ਹੋਏ ਹੋਣੇ, ਜਦ ਉਹਨੇ ਮਨਾਉਣ ਲੱਗੇ ਆਪਾਂ, ਤੇ ਮੂਰਤੀਆਂ ਤਾਂ ਬਹੁਤ ਦੇਰ ਤੋਂ ਬਣਾਉਂਦੇ ਆਪਾਂ।
मोर्चे तो बहुत देर दे मनाते हैं, जिस तरह राधा कृष्ण की होगी, शिव परिवार हो गया, राम दरबार हो गया, ये मूर्तियां शुरू से बनाते, दुर्गा की होगी, हनुमान जी कौन कौन जिहड़े हैगे इहदे विच बनाउण दी करदे आ थोड़े परिवार चों? एक जी मेरा यश बेटा, हां जी, ये बहू है, हां जी। पहले कौन कौन दे? पहले जी एक मेरा सहुरा हुंदा सी, एक मेरा घर वाला हुंदा सीगा, वह है नहीं गए घर वाले, पूरा मेरे सहुरे पूरा हो गया, हुण यश कर रहा काम बेटा, हाँ जी मेरा बेटा काम कर रहा है, हाँ जी जद्दी पुश्ती काम। लोगों का प्यार किस तरह मिलता है? लोगों का बहुत बढ़िया प्यार मिलता है। किधर महले मुस्लिम महले? हाँ जी हाँ जी, खोज वाले महले से जी, खोज वाले महले से रहने हैं सारे परिवार अपने मुस्लिम पर, और साढ़े का महले से फर्क नहीं है, भी कोई भी कोई भी हिंदू है मुस्लिम, फर्क वाली गल कोई नहीं है उरे अपने, सारे प्यार नाल गलबात करते, सारे बोलते हैं, ऐसी गल नहीं। हालांकि मेरा घर वाला पूरा हो गया, जब मैं बाहरों लैके आई हाँ तो साडा सारा महल्ले उरे इकट्ठा होया हुआ, मैंने बाद चाहिए मेरे आने तो पहले ही मतलब महल्ले अपने उरे घर बहुत रश होया हुआ, प्यार करते सारे प्यार बहुत करते। बिल्कुल जी, थोड़ा की नाम जी? हुसैन शेख। हुसैन जी मुस्लिम महल्ला सारा? हाँ बिल्कुल जी, ये सारा मुस्लिम महल है, उरे ये खोजगान महल है, और शिया मुस्लिम उरे रहते हैं, सुन्नी मुस्लिम भी रहते हैं, लेकिन शिया मुस्लिम मेजोरिटी रहते हैं। असी बस ये है कि भी ये पिछले चार पुश्तों तो साढ़े नाल रहिंदा है परिवार जिहड़ा है, इन्हां दे जिहड़े दादे सी, उस तो बाद इन्हां दे सहुरे सी, उस तो बाद साढ़े अब्बा जी सी, वह कट्ठे हुंदे सी, उस तो बाद मेरे भाई ते इन्हां दे हसबेंड कट्ठे सी, हुण यश है वह साढ़े बच्चियां वर्गा है, भतीजा साडा। कित्थों जिहड़े मूर्तियां बनाउंदे, कित्थों कित्थों लोक आउंदे? इत्थे जी देखो, असीं हमेशा उरे साढ़े घर दे अगे दी लंघ के जांदे हां, मेरे ख्याल च संगरूर डिस्ट्रिक्ट दे विच 9 शहर है, मेरे ख्याल कि भी इदा दूर्तियां नहीं बनदिया, एक कला वाहिद घर ऐसा है कि यह मूर्तियां बना, इस गणेश चतुर्थी से लोग उरे गणेश की मूर्ति लैन आते हैं, तो दिवाली से लक्ष्मी दूर्तियां बनाते हैं, वह लैन आते हैं, दीवे लैन आते हैं, बहुत कुछ इदा का, और वाहिद ही घर मैं देखा कि जो बना रहे। बिल्कुल जी, एक बार फिर तस्वीर मैं परतन कहूँगा कि दिखावे कि किस तरह इतने कच्ची, इस बार खास ये आ कि कच्ची मिट्टी दियां मूर्तियां ने स्वरूप ने उन्हां नूं बनाया जा रहा है, क्योंकि उन्हां दी इस बार बिक्री जिहड़ी हैगी आ लोक ज़्यादा तरजीह दिंदे ने करन दे लई, क्योंकि जेकर विसर्जन दे लई कोई दिक्कत आउंदी आ तां इस नूं घर दे विच ही विसर्जन जिहड़ा हैगा कीता जा सकदा आ, घर दे विच विसर्जन कीता जा सकदा जिस दे नाल कोई पोल्यूशन भी नहीं हुंदा, हालांकि पहलां होर तरीके दे नाल होर चीज़ां वस्तुआं दी जिहड़ी हैगी आ ਉਹ ਮੂਰਤੀਆਂ ਸਰੂਪ ਬਣਾਏ ਜਾਂਦੇ ਸੀ, ਪਰ ਹੁਣ ਇਹ ਨਵਾਂ ਜਿਹੜਾ ਤਕਨੀਕ ਨਾਲ ਕੱਚੀ ਮਿੱਟੀ ਨਾਲ ਜਿਹੜੇ ਸਰੂਪ ਬਣਾਏ ਜਾ ਰਹੇ ਨੇ, ਇਹਨਾਂ ਨੂੰ ਘਰ ਦੇ ਵਿੱਚ ਹੀ ਵਿਸਰਜਨ ਕਰਨ ਦੀ ਤਰਜੀਹ ਜਿਹੜੀ ਹੈਗੀ ਹੈ ਲੋਕ ਦੇ ਸਕਦੇ ਨੇ, ਅਤੇ ਲੋਕਾਂ ਨਾਲ ਵੀ ਗੱਲ ਕੀਤੀ ਜਿਹੜੇ ਸੰਗਰੂਰ ਤੋਂ ਆਏ ਨੇ, ਉਹਨਾਂ ਦਾ ਵੀ ਕਹਿਣਾ ਆ ਕਿ ਉਹ ਜਿਹੜੇ ਹੈਗੇ ਆ ਇਸ ਵਾਰ ਛੋਟੀ ਅਤੇ ਕੱਚੀ ਮਿੱਟੀ ਦੀ ਮੂਰਤੀ ਦੀ ਜਿਹੜੀ ਹੈਗੀ ਆ ਜ਼ਿਆਦਾ ਖਰੀਦਦਾਰੀ ਕਰਦੇ ਨੇ। ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਵੀ ਜ਼ਰੂਰ ਵੇਖੀ ਕਿ ਇੱਕ ਮੁਸਲਿਮ ਮਹੱਲੇ ਦੇ ਵਿੱਚ ਇੱਕ ਹਿੰਦੂ ਇਕਲੌਤਾ ਪਰਿਵਾਰ ਆ ਜੋ ਆਪਣੇ ਜੱਦੀ ਪੁਸ਼ਤੀ ਕੰਮ ਕਰਦਾ ਆ ਮੂਰਤੀਆਂ ਸਰੂਪ ਬਣਾਉਣ ਦਾ, ਜੋ ਕਿ ਜਿੱਥੇ ਕਿ ਜ਼ਿਲ੍ਹੇ ਤੋਂ ਨਹੀਂ ਜ਼ਿਲ੍ਹੇ ਤੋਂ ਬਾਹਰ ਵੀ ਜਿਹੜੇ ਲੋਕ ਆ ਕੇ ਇੱਥੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਮੂਰਤੀਆਂ ਇਹਨਾਂ ਸਰੂਪਾਂ ਨੂੰ ਜਿਹੜੇ ਹੈਗੇ ਆ ਖੁਸ਼ੀ ਖੁਸ਼ੀ ਖਰੀਦ ਕੇ ਲੈ ਕੇ ਜਾਂਦੇ ਨੇ। ਮਲੇਰਕੋਟਲਾ ਤੋਂ ਕੈਮਰਾਮੈਨ ਪਰਦੇ ਨਾਲ ਸੁੱਖਾ ਖੇੜੀ ਵਾਲਾ।